ਇਸ ਲਿਸਟ ਦੇ ਵਿੱਚ ਗੱਲਬਾਤ ਕਰਾਂਗੇ ਟੌਪ 17 ਐਸਯੂਵੀ ਸੈਗਮੈਂਟ ਦੀਆਂ ਕਾਰਾਂ 17 ਤਾਂ ਕੀਤੀਆਂ ਦੋ ਗੱਡੀਆਂ ਤਾਂ ਵਧਾਉਂਦੀਆਂ ਕਿਉਂਕਿ 17ਵੇਂ ਨੰਬਰ ਤੇ ਹੀ ਕੀ ਕਰਵ ਹੁਣ ਲਿਸਟ ਦੱਸਣੀ ਜ਼ਰੂਰੀ ਤਾਂ ਹੋ ਜਾਂਦੀ ਹੈ ਜਿਹੜਾ ਤੁਹਾਨੂੰ ਪਤਾ ਲੱਗ ਜਾਏ ਕਿਹੜੀ ਗੱਡੀ ਕਿੰਨੀ ਸੇਲ ਹੁੰਦੀ ਹੈ ਜੇ ਨਵੀਂ ਗੱਡੀ ਤੁਸੀਂ ਪਰਚੇਜ਼ ਕਰਨੀ ਹੈ ਲਿਸਟ ਦੇ ਹਿਸਾਬ ਨਾਲ ਆਪਣਾ ਪਲਾਨ ਜਿਹੜਾ ਉਹ ਅੱਗੇ ਪਿੱਛੇ ਕਰ ਸਕੋ ਸੋ 17ਵੇਂ ਨੰਬਰ ਤੇ ਰਹੀ ਜੀ ਕਰਵ 4763 ਗੱਡੀਆਂ ਸੇਲ ਹੋਈਆਂ ਕਰਵ ਦੀ ਬੁਕਿੰਗ ਬਹੁਤ ਜ਼ੋਰਾਂ ਤੇ ਚੱਲ ਰਹੀ ਹੈ ਜਦੋਂ ਕਰਵ ਗੱਡੀ ਸੜਕਾਂ ਤੇ ਚੱਲਦੀ ਹੈ ਤੇ ਪਤਾ ਲੱਗਦਾ ਕਿ ਗੱਡੀ ਸਪੈਸ਼ਲ ਜਾ ਰਹੀ ਹੈ ਇੱਕ ਵੱਖਰਾ ਸੈਗਮੈਂਟ ਆ ਗਿਆ ਬਹੁਤ ਸੋਹਣੀ ਲੱਗਦੀ ਹੈ 999000 ਤੋਂ ਲੈ ਕੇ 19 ਲੱਖ ਰੁਪਏ ਤੱਕ ਤੇ ਤੁਹਾਨੂੰ ਮਿਲ ਜੇਗੀ પેટ્રોલ ਡੀਜ਼ਲ EV ਦੇ ਵਿੱਚ ਲੈਂਦੀ ਹੋ ਤੇ 1750000 ਤੋਂ ਲੈ ਕੇ ਤੇ 22 ਲੱਖ ਰੁਪਏ ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ ਬਹੁਤ ਵੱਡੇ ਬੂਟ ਸਪੇਸ ਦੇ ਨਾਲ ਮਿਲ ਜਾਂਦੀ ਹੈ ਕੁਪੇ ਐਡੀਸ਼ਨ ਦੇ ਵਿੱਚ ਆਉਂਦੀ ਹੈ 9ਵੇਂ ਨੰਬਰ ਤੇ ਚ ਹਾਈ ਰਾਈਡਰ 5385 ਗੱਡੀਆਂ ਕੁੱਲ ਸੇਲ ਹੋਈਆਂ 1114000 ਤੋਂ ਲੈ ਕੇ 20 ਲੱਖ ਰੁਪਏ ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ ਸਟਰੋਂਗ ਹਾਈਬ੍ਰਿਡ ਮਾਈਲਡ ਹਾਈਬ੍ਰਿਡ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਔਰ ਸੀਐਨਜੀ ਸਾਰੀਆਂ ਆਪਸ਼ਨਾਂ ਦੇ ਨਾਲ ਹਾਈ ਰੇਟਰ ਮਿਲਦੀ ਹੈ ਟੋਇਟਾ ਵੱਲੋਂ 15ਵੇਂ ਨੰਬਰ ਤੇ ਐਕਸਟਰ ਹੁੰਡਾਈ ਐਕਸਟਰ 6908 ਗੱਡੀਆਂ ਕੁੱਲ ਸੇਲ ਹੋਈਆਂ 613000 ਤੋਂ ਲੈ ਕੇ 1043000 ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 14ਵੇਂ ਨੰਬਰ ਤੇ ਸੈਲਟੋਸ 6960 ਗੱਡੀਆਂ ਕੁੱਲ ਸੇਲ ਹੋਈਆਂ 1090000 ਤੋਂ ਲੈ ਕੇ 2045000 ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲਦੀ ਹੈ ਸੈਲਟੋਸ ਪੈਟਰੋਲ ਡੀਜ਼ਲ ਦੇ ਵਿੱਚ ਅਵੇਲੇਬਲ ਆ 13ਵੇਂ ਨੰਬਰ ਤੇ ਜੀ ਬਲੈਰੋ 800 R180 ਗੱਡੀਆਂ ਕੁੱਲ ਸੇਲ ਹੋਈਆਂ ਬਲੈਰੋ ਦੇ ਵਿੱਚ ਬਲੈਰੋ ਕਲਾਸਿਕ ਬਲੈਰੋ ਨਿਓ ਬਲੈਰੋ ਨਿਓ ਪਲੱਸ ਤਿੰਨਾਂ ਦੀ ਸੇਲ ਸ਼ਾਮਲ ਆ ਤਿੰਨ categories ਦੇ ਵਿੱਚ ਆ ਰਹੀ ਹੈ 9 ਲੱਖ 80 ਹਜ਼ਾਰ ਤੋਂ ਲੈ ਕੇ 10 ਲੱਖ 91 ਹਜ਼ਾਰ ਤੱਕ ਮਿਲ ਜਾਂਦੀ ਹੈ ਬਲੈਰੋ ਸਿੰਪਲ ਜੇ ਤੁਸੀਂ ਨਿਓ ਲੈਂਦੇ ਹੋ ਤਾਂ 10 ਲੱਖ ਤੋਂ ਲੈ ਕੇ 12 ਕੁ ਲੱਖ ਰੁਪਏ ਤੱਕ ਇੱਕ ਸ਼ੋਅਰੂਮ ਪ੍ਰਾਈਸ ਮਿਲ ਜਾਂਦੀ ਹੈ 12ਵੇਂ ਨੰਬਰ ਤੇ ਜੀ ਥਾਰ ਥਾਰ ਦੀ ਸੇਲ ਸਿੱਧੀ 3000 3800 ਵਧ ਗਈ ਹੈ 8843 ਗੱਡੀਆਂ ਕੁੱਲ ਸੇਲ ਹੋਈਆਂ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਥਾਰ ਰੈਨ ਦਾ ਉਹਨੇ ਵੀ ਡਿਸਕਾਊਂਟ ਦਾ ਫਾਇਦਾ ਚੁੱਕ ਕੇ ਖਰੀਦ ਲਈ ਆ ਔਰ 11 ਲੱਖ 35 ਹਜ਼ਾਰ ਤੋਂ ਲੈ ਕੇ 17 ਲੱਖ 60 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਥਾਰ ਮਿਲ ਜਾਂਦੀ ਹੈ ਥਾਰ ਰੌਕਸ ਦੀਆਂ ਡਿਲੀਵਰੀਆਂ ਸਟਾਰਟ ਨੇ ਅਗਲੇ ਮਹੀਨੇ ਦੀ ਸੇਲ ਜਦੋਂ ਤੁਹਾਨੂੰ ਦੱਸਾਂਗੇ ਉਦੋਂ ਥਾਰ ਰੌਕਸ ਵੀ ਇੱਕ ਨਾਲ ਲਿਸਟੇ ਦੇ ਵਿੱਚ ਐਡ ਹੋ ਜਾਊਗੀ 11ਵੇਂ ਨੰਬਰ ਤੇ 3XO 9000 ਗੱਡੀਆਂ ਸੇਲ ਹੋਈਆਂ 9000 ਗੱਡੀਆਂ ਦੀ ਹੀ ਪ੍ਰੋਡਕਸ਼ਨ ਹੈ ਇਹਨਾਂ ਦੀ ਮਹੀਨੇ ਦੀ 7 ਲੱਖ 80 ਹਜ਼ਾਰ ਤੋਂ ਲੈ ਕੇ 15 ਲੱਖ 50 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 10ਵੇਂ ਨੰਬਰ ਤੇ XUV700 9600 46 ਗੱਡੀਆਂ ਕੁੱਲ ਸੇਲ ਹੋਈਆਂ 14 ਲੱਖ ਤੋਂ ਲੈ ਕੇ 25 ਲੱਖ 14000 ਦਾ ਕੈਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ 9ਵੇਂ ਨੰਬਰ ਤੇ ਜੀ ਵੈਨਿਊ ਪੈਟਰੋਲ ਡੀਜ਼ਲ ਦੇ ਵਿੱਚ ਅਵੇਲੇਬਲ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦੇ ਨਾਲ 10260 ਗੱਡੀਆਂ ਕੁੱਲ ਸੇਲ ਹੋਈਆਂ 7 ਲੱਖ 94000 ਤੋਂ ਲੈ ਕੇ 13 ਲੱਖ 53000 ਦਾ ਕੈਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ 8ਵੇਂ ਨੰਬਰ ਤੇ ਗ੍ਰੈਂਡ ਵਿਟਾਰਾ 10267 ਗੱਡੀਆਂ ਕੁੱਲ ਸੇਲ ਹੋਈਆਂ 10 ਲੱਖ 87000 ਤੋਂ ਲੈ ਕੇ 20 ਲੱਖ 620000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਜੀ ਸੋਨਟ ਇਹ ਵੀ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜਾਂਦੀ ਹੈ 10335 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ ਤੋਂ ਲੈ ਕੇ 15 ਲੱਖ 77000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 6ਵੇਂ ਨੰਬਰ ਤੇ ਜੀ ਨੈਕਸਨ 11470 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ ਤੋਂ ਲੈ ਕੇ 15 ਲੱਖ 50000 ਤੱਕ ਪੈਟਰੋਲ ਡੀਜ਼ਲ ਸੀਐਨਜੀ ਮਿਲ ਜਾਂਦੀ ਹੈ ਜੇ ਤੁਸੀਂ ਲੈਣੀ ਈਵੀ ਦੇ ਵਿੱਚ ਤੇ 12.5 ਲੱਖ ਤੋਂ ਲੈ ਕੇ 1719000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 5ਵੇਂ ਨੰਬਰ ਤੇ ਜੀ ਪੰਚ 13000 ਤੇ 711 ਗੱਡੀਆਂ ਕੁੱਲ ਸੇਲ ਹੋਈਆਂ ਪੰਜ ਸੀएनजी ਪੈਟਰੋਲ ਔਰ ਈਵੀ ਦੇ ਵਿੱਚ ਮਿਲਦੀ ਹੈ 6 ਲੱਖ ਤੇ 13000 ਤੋਂ ਲੈ ਕੇ 10 ਲੱਖ 15000 ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਈਵੀ ਚ 10 ਲੱਖ ਤੋਂ ਲੈ ਕੇ 14 ਲੱਖ 3000 ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਤੇ ਫਰਾਂਕਸ 13874 ਗੱਡੀਆਂ ਸੇਲ ਹੋਈਆਂ 755000 ਤੋਂ ਲੈ ਕੇ 1304000 ਰੁਪਏ ਤੱਕ ਐਕਸ਼ੂਰੂਮ ਪ੍ਰਾਈਸ ਮਿਲ ਜਾਂਦੀ ਹੈ ਤੀਸਰੇ ਨੰਬਰ ਤੇ ਸਕੋਰਪੀਓ ਕਲਾਸਿਕ ਸਕੋਰਪੀਓ ਐਨ ਦੋਨਾਂ ਦੀ ਸੇਲ ਮਿਲਾ ਕੇ 14438 ਗੱਡੀਆਂ ਕੁੱਲ ਸੇਲ ਹੋਈਆਂ 13,62,000 ਤੋਂ ਲੈ ਕੇ 24,54,000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ। ਦੂਸਰੇ ਨੰਬਰ ਤੇ ਬਰੀਜ਼ਾ ਬਹੁਤ ਵਧੀਆ ਸੇਲ ਦੇ ਨਾਲ ਬਰੀਜ਼ਾ ਦੀ ਖਾਸ ਗੱਲ ਇਹ ਰਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ ਬਰੀਜ਼ਾ ਦਾ ਰੇਟ ਨਹੀਂ ਚੁੱਕਿਆ। 15,322 ਗੱਡੀਆਂ ਕੁੱਲ ਸੇਲ ਹੋਈਆਂ 8,34,000 ਤੋਂ ਲੈ ਕੇ 14 ਲੱਖ 14,000 ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ। ਪਹਿਲੇ ਨੰਬਰ ਤੇ ਰਹੀ ਜੀ ਕ੍ਰੇਟਾ। ਕ੍ਰੇਟਾ ਪਿਛਲੇ 1-2 ਮਹੀਨਿਆਂ ਤੋਂ ਪਹਿਲੇ ਨੰਬਰ ਤੇ ਚੱਲ ਰਹੀ ਹੈ। 15,000 ਤੇ 902 ਗੱਡੀਆਂ ਕੁੱਲ ਸੇਲ ਹੋਈਆਂ। 11 ਲੱਖ ਤੋਂ ਲੈ ਕੇ 20,3 ਇਹਦਾ ਐਨਲਾਈਨ ਵਰਜ਼ਨ ਵੀ ਆਉਂਦਾ ਹੈ ਤੇ ਹੁਣ ਕ੍ਰੇਟਾ ਬਹੁਤ ਜਲਦ EV ਦੇ ਵਿੱਚ ਵੀ ਲਾਂਚ ਹੋਣ ਜਾ ਰਹੀ ਹੈ ਸੋ ਫਿਲਹਾਲ ਕ੍ਰੇਟਾ ਜਿਹੜੀ ਪੈਟਰੋਲ ਡੀਜ਼ਲ ਦੇ ਵਿੱਚ ਵੀ ਮਿਲਦੀ ਹੈ 11 ਲੱਖ ਵਾਲਾ ਜਿਹੜਾ ਇਹਦਾ ਵੇਰੀਐਂਟ ਆ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਵਧੀਆ ਫੀਚਰਸ ਮਿਲ ਜਾਂਦੇ ਆ ਜਿਨ੍ਹਾਂ ਕਾਰਨਾਂ ਕਰਕੇ ਕ੍ਰੇਟਾ ਦੀ ਸੇਲ ਵਧੀਆ ਹੋ ਰਹੀ ਹੈ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ